ਅੱਜ ਅਸੀਂ ਜਿਸ ਟੌਪਿਕ ਦੀ ਗੱਲ ਕਰਾਂਗੇ ਉਹ ਹੈ ਭਾਰਤ ਦੇ ਨਕਸ਼ੇ ਬਾਰੇ ਵਿੱਚ। ਭਾਰਤ ਦੇ ਨਕਸ਼ੇ ਦੀ ਕੁਝ ਬੇਸਿਕ ਨੌਲੇਜ ਅਸੀਂ ਪ੍ਰਾਪਤ ਕਰਾਂਗੇ, ਕਿਉਂਕਿ ਜੇ ਸਾਨੂੰ ਕੁਝ ਬੇਸਿਕ ਗੱਲਾਂ ਪਤਾ ਹੁੰਦੀਆਂ ਫਿਰ ਹੀ ਜਿਹੜਾ ਨਕਸ਼ਾ ਹੈ ਉਹਨੂੰ ਅਸੀਂ ਭਰ ਸਕਦੇ ਹਾਂ, ਔਰ ਉਹਦੀ ਹੋਰ ਜਿਹੜੀ ਨੌਲੇਜ ਹੈ ਉਹ ਅਸੀਂ ਫਿਰ ਹੀ ਪ੍ਰਾਪਤ ਕਰ ਸਕਦੇ ਹਾਂ ਜੇ ਸਾਨੂੰ ਕੁਝ ਬੇਸਿਕ ਗੱਲਾਂ ਪਤਾ ਹੁੰਦੀਆਂ ਨੇ। ਸੋ ਆਓ ਅਸੀਂ ਜਾਣਦੇ ਹਾਂ ਭਾਰਤ ਦੇ ਨਕਸ਼ੇ ਦੇ ਬਾਰੇ ਵਿੱਚ ਕੁਝ ਬੇਸਿਕ ਗੱਲਾਂ। ਹਾਂਜੀ ਪਿਆਰੇ ਵਿਦਿਆਰਥੀਓ, ਇਹ ਜੋ ਹੈ ਇਹ ਪੂਰੇ ਸੰਸਾਰ ਦਾ ਨਕਸ਼ਾ ਹੈ, ਦਾ ਵਰਲਡ ਮੈਪ, ਪੂਰੀ ਧਰਤੀ ਦਾ ਮਾਡਲ, ਜਿਸ ਦੇ ਵਿੱਚ ਅਸੀਂ ਦੇਖ ਰਹੇ ਹਾਂ ਇੱਕ ਤਾਂ ਵੱਖ ਵੱਖ ਕਲਰਸ ਦਿਖਾਏ ਗਏ ਨੇ, ਵੱਖ ਵੱਖ ਰੰਗ ਦਿਖਾਏ ਗਏ ਨੇ, ਅਤੇ ਇੱਕ ਅਸੀਂ ਦੇਖ ਰਹੇ ਹਾਂ ਬਲੂ ਕਲਰ, ਨੀਲਾ ਕਲਰ। ਇਹ ਜੋ ਨੀਲਾ ਰੰਗ ਹੈ ਇਹ ਸਾਰਾ ਪਾਣੀ ਹੈ ਸੰਸਾਰ ਦੇ ਵਿੱਚ, ਧਰਤੀ ਦੇ ਉੱਤੇ। ਔਰ ਜੋ ਵੱਖ ਵੱਖ ਕਲਰ ਦਿਖਾਏ ਗਏ ਨੇ ਇਹ ਸਾਡੇ ਮਹਾਂਦੀਪ ਨੇ, ਸੱਤ ਮਹਾਂਦੀਪ ਨੇ ਸਾਡੇ। ਔਰ ਉਹਦੇ ਵਿੱਚ ਅਸੀਂ ਜੇ ਦੇਖੀਏ ਨਾ ਥਲ ਰੂਪ ਹੈ ਉਹ ਥੋੜ੍ਹਾ ਹੈ, ਔਰ ਜਿਹੜਾ ਜਲ ਰੂਪ ਹੈ ਉਹ ਜ਼ਿਆਦਾ ਹੈ, ਦੇਖਣ 'ਤੇ ਹੀ ਪਤਾ ਲੱਗਦਾ ਹੈ। ਔਰ ਅਸੀਂ ਪੜ੍ਹਦੇ ਵੀ ਹਾਂ ਕਿ 29% ਹੈ ਜੋ ਥਲ ਹੈ ਔਰ 71% ਹੈ ਜੋ ਪਾਣੀ ਹੈ, ਦੇਖ ਕੇ ਵੀ ਪਤਾ ਲੱਗਦਾ। ਅਤੇ ਜੋ ਅਲੱਗ ਅਲੱਗ ਕਲਰ ਨੇ ਇਹ ਸਾਡੇ ਮਹਾਂਦੀਪ ਨੇ ਸੱਤ, ਜਿਵੇਂ ਏਸ਼ੀਆ ਮਹਾਂਦੀਪ, ਯੂਰਪ, ਅਫਰੀਕਾ, ਸਾਊਥ ਅਮੈਰੀਕਾ, ਨੌਰਥ ਅਮੈਰੀਕਾ, ਆਸਟ੍ਰੇਲੀਆ, ਅੰਟਾਰਕਟਿਕਾ, ਇਹ ਸੱਤ ਮਹਾਂਦੀਪ ਨੇ। ਔਰ ਹੁਣ ਆਉਂਦੇ ਹਾਂ ਅਸੀਂ ਭਾਰਤ 'ਤੇ ਕਿ ਭਾਰਤ ਦੀ ਕੀ ਸਥਿਤੀ ਹੈ ਪੂਰੇ ਸੰਸਾਰ ਦੇ ਵਿੱਚ। ਜੇ ਅਸੀਂ ਦੇਖੀਏ ਭਾਰਤ ਦੀ ਸਥਿਤੀ ਤਾਂ ਭਾਰਤ ਹੈ ਜੋ ਆ ਭਾਰਤ ਹੈ ਇੱਥੇ, ਤਾਂ ਇਹਦੀ ਸਥਿਤੀ ਕੀ ਹੋਈ ਪੂਰੇ ਸੰਸਾਰ ਦੇ ਵਿੱਚ। ਦੋ ਤਰ੍ਹਾਂ ਦੀ ਸਥਿਤੀ ਅਸੀਂ ਦੇਖਦੇ ਹਾਂ, ਇੱਕ ਤਾਂ ਜਿਹੜਾ ਸਾਡਾ ਹਿੰਦ ਮਹਾਂਸਾਗਰ ਹੈ ਇੰਡੀਅਨ ਓਸ਼ਨ, ਤਾਂ ਉਹਦੇ ਇਹ ਬਿਲਕੁਲ ਕੇਂਦਰ ਦੇ ਵਿੱਚ ਹੈ। ਆਹ ਜਿਹੜਾ ਹਿੰਦ ਮਹਾਂਸਾਗਰ ਹੈ, ਹਿੰਦ ਮਹਾਂਸਾਗਰ ਦੇ ਜੋ ਪਾਣੀ ਹੈ ਇਸ ਦੇ ਬਿਲਕੁਲ ਸੈਂਟਰ ਦੇ ਵਿੱਚ ਜਿਹੜੀ ਭਾਰਤ ਦੀ ਸਥਿਤੀ ਹੈ। ਦੂਸਰੀ ਗੱਲ, ਇੱਕ ਰੇਖਾ ਹੈ ਜਿਸਨੂੰ ਅਸੀਂ ਭੂਮੱਧ ਰੇਖਾ ਕਹਿੰਦੇ ਹਾਂ, ਉਹ ਰੇਖਾ ਪੂਰੇ ਸੰਸਾਰ ਨੂੰ ਦੋ ਭਾਗਾਂ ਵਿੱਚ ਵੰਡ ਦਿੰਦੀ ਹੈ। ਉੱਪਰਲੇ ਭਾਗ ਨੂੰ ਅਸੀਂ ਉੱਤਰੀ ਅਰਧ ਗੋਲਾ ਕਹਿੰਦੇ ਹਾਂ ਔਰ ਨੀਚੇ ਵਾਲੇ ਭਾਗ ਨੂੰ ਅਸੀਂ ਦੱਖਣੀ ਅਰਧ ਗੋਲਾ ਕਹਿੰਦੇ ਹਾਂ। ਹੁਣ ਭਾਰਤ ਦੀ ਸਥਿਤੀ ਕੀ ਹੋ ਗਈ, ਇਹ ਉੱਤਰੀ ਅਰਧ ਗੋਲੇ 'ਚ ਹੈ ਕਿ ਦੱਖਣੀ ਅਰਧ ਗੋਲੇ 'ਚ ਹੈ। ਇਹ ਉੱਤਰੀ ਅਰਧ ਗੋਲੇ ਦੇ ਵਿੱਚ ਹੈ, ਤਾਂ ਭਾਰਤ ਦੀ ਸਥਿਤੀ ਹੋ ਗਈ ਇਹ ਉੱਤਰੀ ਅਰਧ ਗੋਲੇ ਵਿੱਚ ਸਥਿਤ ਹੈ, ਔਰ ਇੱਕ ਇਹ ਜਿਹੜਾ ਹਿੰਦ ਮਹਾਂਸਾਗਰ ਹੈ ਉਹਦੇ ਸੈਂਟਰ ਦੇ ਵਿੱਚ ਹੈ। ਇੱਕ ਰੇਖਾ ਹੋਰ ਹੁੰਦੀ ਹੈ ਜੋ ਅਸੀਂ ਦੇਖਦੇ ਹੁੰਦੇ ਹਾਂ, ਉਹ ਹੈ ਕਰਕ ਰੇਖਾ, ਜਿਹੜੀ ਭਾਰਤ ਨੂੰ ਦੋ ਭਾਗਾਂ ਦੇ ਵਿੱਚ ਵੰਡਦੀ ਹੈ, ਭਾਰਤ ਦੇ ਬਿਲਕੁਲ ਵਿਚਕਾਰ ਦੀ ਲੰਘਦੀ ਹੈ, ਉਹ ਕਰਕ ਰੇਖਾ ਹੈ। ਔਰ ਇੱਕ ਰੇਖਾ ਹੁੰਦੀ ਹੈ ਮਕਰ ਰੇਖਾ, ਇਹ ਮਕਰ ਰੇਖਾ ਹੈ। ਸੋ ਇਹ ਸੀ ਸੰਸਾਰ ਦਾ ਨਕਸ਼ਾ ਔਰ ਉਹਦੇ ਵਿੱਚ ਭਾਰਤ ਦੀ ਸਥਿਤੀ। ਹਾਂਜੀ ਪਿਆਰੇ ਵਿਦਿਆਰਥੀਓ, ਇਹ ਜੋ ਹੈ ਇਹ ਭਾਰਤ ਦਾ ਨਕਸ਼ਾ ਹੈ, ਇਹ ਸਾਡੇ ਇੰਡੀਆ ਦਾ ਨਕਸ਼ਾ ਹੈ। ਅਤੇ ਇਸ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਦਿਸ਼ਾਵਾਂ ਬਾਰੇ ਜਾਣਾਂਗੇ, ਕਿਉਂਕਿ ਦਿਸ਼ਾ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਅਸੀਂ ਪੜ੍ਹਦੇ ਰਹਿੰਦੇ ਹਾਂ ਉੱਤਰ ਦਿਸ਼ਾ, ਪੂਰਬ, ਪੱਛਮ, ਜੇ ਸਾਨੂੰ ਮੈਪ ਦੇ ਵਿੱਚ ਪਤਾ ਹੋਊਗਾ ਤਾਂ ਅਸੀਂ ਬਹੁਤ ਸਾਰੇ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ ਦੇ ਸਕਦੇ ਹਾਂ। ਅਤੇ ਜਿਵੇਂ ਅਸੀਂ ਸ਼ੁਰੂ ਕਰਦੇ ਹਾਂ, ਮੰਨ ਲਓ ਇੱਥੋਂ ਚੱਲਦੇ ਹਾਂ ਅਸੀਂ, ਅਤੇ ਜੇ ਅਸੀਂ ਉੱਤਰ ਦਿਸ਼ਾ ਵੱਲ ਜਾਣਾ ਹੋਵੇ ਤਾਂ ਅਸੀਂ ਇੱਧਰ ਨੂੰ ਜਾਵਾਂਗੇ, ਇਹ ਉੱਤਰ ਦਿਸ਼ਾ ਹੈ, ਨੌਰਥ ਜਿਹਨੂੰ ਅਸੀਂ ਕਹਿੰਦੇ ਹਾਂ। ਔਰ ਜੇ ਅਸੀਂ ਇੱਧਰੋਂ ਇਹਦੀ ਵਿਰੋਧੀ ਦਿਸ਼ਾ 'ਚ ਇੱਧਰਲੇ ਪਾਸੇ ਜਾਈਏ ਤਾਂ ਇਹ ਕਿਹੜਾ ਹੋ ਗਿਆ, ਇਹ ਸਾਊਥ ਹੈ, ਸਾਊਥ ਦਿਸ਼ਾ ਜਿਸਨੂੰ ਅਸੀਂ ਦੱਖਣ ਕਹਿੰਦੇ ਹਾਂ। ਔਰ ਜੇ ਅਸੀਂ ਇੱਧਰੋਂ ਇਸ ਵਾਲੇ ਪਾਸੇ ਜਾਂਦੇ ਹਾਂ ਤਾਂ ਇਹ ਹੈਗਾ ਪੂਰਬ, ਜਿਸਨੂੰ ਅਸੀਂ ਈਸਟ ਕਹਿੰਦੇ ਹਾਂ। ਔਰ ਜੇ ਇਸ ਤੋਂ ਉਲਟ ਦਿਸ਼ਾ ਵੱਲ ਜਾਈਏ ਤਾਂ ਇਹ ਆ ਗਿਆ ਸਾਡਾ ਪੱਛਮ, ਜਿਸਨੂੰ ਅਸੀਂ ਵੈਸਟ ਕਹਿੰਦੇ ਹਾਂ। ਤਾਂ ਇਹ ਚਾਰ ਦਿਸ਼ਾਵਾਂ ਆ ਗਈਆਂ, ਉੱਤਰ, ਦੱਖਣ, ਪੂਰਬ, ਪੱਛਮ। ਪੂਰਬ ਵਾਲੇ ਪਾਸੋਂ ਜਿਹੜਾ ਸੂਰਜ ਚੜ੍ਹਦਾ ਹੈ, ਜਿਸ ਪਾਸੇ ਅਰੁਣਾਚਲ ਪ੍ਰਦੇਸ਼ ਹੈ, ਔਰ ਪੱਛਮ ਵਾਲੇ ਪਾਸੇ ਜੋ ਹੈ ਉਹ ਸੂਰਜ ਛਿਪਦਾ ਹੈ, ਜਿੱਥੇ ਗੁਜਰਾਤ ਦੀ ਗੱਲ ਆਪਾਂ ਕਰਦੇ ਹੁੰਦੇ ਹਾਂ। ਔਰ ਇੱਕ ਹੋਰ ਹੁੰਦਾ ਹੈ, ਇਹ ਤਾਂ ਉੱਤਰ, ਦੱਖਣ, ਪੂਰਬ, ਪੱਛਮ ਹੈਗਾ, ਸਾਨੂੰ ਕਈ ਵਾਰੀ ਹੁੰਦਾ ਉੱਤਰ ਪੱਛਮ, ਫਿਰ ਉੱਤਰ ਪੱਛਮ ਦਿਸ਼ਾ ਕਿਹੜੀ ਹੋਈ,
ਤੁਸੀਂ ਦੇਖੋ ਆਹ ਤਾਂ ਹੋ ਗਿਆ ਉੱਤਰ ਅਤੇ ਆਹ ਹੋ ਗਿਆ ਪੱਛਮ। ਹੁਣ ਇਹਨਾਂ ਦੀ ਜਿਹੜੀ ਵਿਚਕਾਰ ਦੀ ਦਿਸ਼ਾ ਹੈ ਆਹ ਵਾਲੀ, ਇਹ ਹੈ ਉੱਤਰ ਪੱਛਮ। ਉੱਤਰ ਪੱਛਮੀ ਸੀਮਾ ਜਿਹਨੂੰ ਕਹਿੰਦੇ ਹਾਂ, ਉਹਦਾ ਸਭ ਤੋਂ ਵੱਧ ਜਿਹੜਾ ਰੌਲਾ ਪੈਂਦਾ ਹੁੰਦਾ ਸੀ, ਔਰ ਇਹ ਪਾਕਿਸਤਾਨ, ਇੱਥੇ ਪਾਕਿਸਤਾਨ ਆ ਗਿਆ, ਇਹ ਭਾਰਤ ਦੇ ਹੀ ਇੱਕ ਹਿੱਸਾ ਸੀ ਜਿਹੜਾ ਉਦੋਂ, ਉਹਨੂੰ ਉੱਤਰ ਪੱਛਮੀ ਸੀਮਾ ਕਿਹਾ ਜਾਂਦਾ ਹੁੰਦਾ ਸੀ। ਔਰ ਇਸੇ ਤਰ੍ਹਾਂ ਇਹ ਹੋ ਗਿਆ ਉੱਤਰ ਪੱਛਮ, ਔਰ ਇੱਕ ਹੈਗਾ ਉੱਤਰ ਪੂਰਬ, ਤਾਂ ਉਹ ਹੋ ਗਿਆ ਆਹ ਵਾਲਾ। ਹੁਣ ਇੱਕ ਹੁੰਦਾ ਦੱਖਣ ਪੱਛਮ, ਉਹ ਹੋ ਗਈ ਆਹ ਦਿਸ਼ਾ, ਔਰ ਇੱਕ ਹੁੰਦਾ ਸਾਡੇ ਕੋਲ ਦੱਖਣ ਪੂਰਬ, ਉਹ ਕਿਹੜੀ ਦਿਸ਼ਾ ਹੋ ਗਈ ਆਹ ਵਾਲੀ। ਇਹ ਸੀਗੀਆਂ ਜਿਹੜੀਆਂ ਦਿਸ਼ਾਵਾਂ ਜਿਨ੍ਹਾਂ ਬਾਰੇ ਅਸੀਂ ਜਾਣਿਆ। ਇਹ ਵੀ ਭਾਰਤ ਦਾ ਹੀ ਨਕਸ਼ਾ ਹੈ, ਇੰਡੀਆ ਦਾ ਮੈਪ ਹੈ, ਅਤੇ ਇਸ ਦੇ ਵਿੱਚ ਅਸੀਂ ਦੇਖਦੇ ਹਾਂ ਜਿਵੇਂ ਸੰਸਾਰ ਨੂੰ ਅੱਧ ਵਿਚਕਾਰ ਵੰਡਣ ਵਾਲੀ ਰੇਖਾ ਨੂੰ ਅਸੀਂ ਭੂ ਮੱਧ ਰੇਖਾ ਕਹਿੰਦੇ ਹਾਂ, ਉਸੇ ਤਰ੍ਹਾਂ ਪੂਰੇ ਭਾਰਤ ਨੂੰ ਵੀ ਜਿਹੜੀ ਇੱਕ ਰੇਖਾ ਹੈ ਉਹ ਦੋ ਭਾਗਾਂ ਦੇ ਵਿੱਚ ਬਣਦੀ ਹੈ, ਸਮਾਨ ਦੋ ਭਾਗਾਂ ਦੇ ਵਿੱਚ ਬਣਦੀ ਹੈ, ਯਾਨੀ ਕਿ ਬਿਲਕੁਲ ਵਿਚਕਾਰ ਦੀ ਲੰਘਦੀ ਹੈ, ਉਹ ਰੇਖਾ ਹੈ ਕਰਕ ਰੇਖਾ, ਆਹ ਵਾਲੀ ਕਰਕ ਰੇਖਾ। ਇਹਨੇ ਭਾਰਤ ਨੂੰ ਦੋ ਭਾਗਾਂ 'ਚ ਮਿਲ ਦਿੱਤਾ। ਹੁਣ ਉੱਤਰੀ ਭਾਗ ਨੂੰ ਅਸੀਂ ਕੀ ਕਹਾਂਗੇ, ਉੱਤਰੀ ਭਾਰਤ, ਇਸ ਵਾਲੇ ਪਾਸੇ ਨੂੰ, ਔਰ ਜਿਹੜਾ ਦੱਖਣ ਵਾਲਾ ਪਾਸਾ ਹੈ ਉਸਨੂੰ ਅਸੀਂ ਦੱਖਣੀ ਭਾਰਤ ਕਹਾਂਗੇ। ਹੁਣ ਥੋੜ੍ਹਾ ਜਿਹਾ ਅਸੀਂ ਦੇਖਦੇ ਹਾਂ ਗੁਆਂਢੀ ਦੇਸ਼, ਇਹ ਪਾਕਿਸਤਾਨ ਹੈ ਸਾਡਾ ਗੁਆਂਢੀ ਦੇਸ਼ ਹੈ, ਇਹ ਹੈਗਾ ਉੱਤਰ ਪੱਛਮ ਵਾਲੇ ਪਾਸੇ, ਔਰ ਇਹ ਚੀਨ ਹੈ, ਇਹ ਵੀ ਗੁਆਂਢੀ ਦੇਸ਼ ਹੈ, ਇਹ ਨੇਪਾਲ ਹੈ, ਇਹ ਭੂਟਾਨ ਹੈ, ਔਰ ਇਹ ਬੰਗਲਾਦੇਸ਼ ਹੈ, ਇਹ ਸਾਡੇ ਗੁਆਂਢੀ ਦੇਸ਼ ਨੇ, ਔਰ ਇਸ ਤੋਂ ਇਲਾਵਾ ਇੱਥੇ ਸ਼੍ਰੀਲੰਕਾ ਹੈ, ਇਹ ਵੀ ਸਾਡਾ ਗੁਆਂਢੀ ਦੇਸ਼ ਹੈ, ਔਰ ਇੱਧਰ ਮਿਆਂਮਾਰ ਬਰਮਾ ਹੈ, ਉਹ ਵੀ ਸਾਡਾ ਗੁਆਂਢੀ ਦੇਸ਼ ਹੈ। ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ ਆਹ ਬੰਗਾਲ ਦੀ ਖਾੜੀ ਹੈ, ਔਰ ਇਹ ਅਰਬ ਸਾਗਰ ਹੈ, ਇਹ ਜੋ ਹੈ ਹਿੰਦ ਮਹਾਂਸਾਗਰ ਹੈ, ਇਹ ਸਾਰਾ ਇਸ ਤਰਫ, ਇਹ ਸਾਰਾ ਹਿੰਦ ਮਹਾਂਸਾਗਰ ਹੀ ਹੈ। ਔਰ ਇੱਕ ਅਸੀਂ ਦੇਖਦੇ ਹੁੰਦੇ ਹਾਂ ਕਿ ਆਹ ਜੋ ਹੈ ਅੰਡੇਮਾਨ ਨਿਕੋਬਾਰ ਦੀਪ ਸਮੂਹ, ਔਰ ਇਹ ਹੈ ਲਕਸ਼ਦੀਪ ਭਾਰਤ, ਇਹ ਸਾਡੇ ਦੀਪ ਸਮੂਹ ਨੇ, ਸਮੁੰਦਰ ਵਾਲੇ, ਸਮੁੰਦਰ ਦੇ ਵਿੱਚ ਕੁਛ ਛੋਟੇ ਛੋਟੇ ਦੀਪ ਹੁੰਦੇ ਨੇ, ਉਹ ਇਹ ਭਾਰਤ ਦੇ ਹੀ ਹਿੱਸਾ ਨੇ ਇਹ ਵੀ ਸਾਰੇ, ਇਹ ਇੰਡੀਆ ਦੇ ਮੈਪ ਦੇ ਵਿੱਚ ਹੀ ਆ ਗਿਆ। ਸੋ ਪਿਆਰੇ ਵਿਦਿਆਰਥੀਓ, ਇਹ ਬੇਸਿਕ ਸੀਗਾ ਸਾਡਾ, ਅਤੇ ਅਸੀਂ ਬੇਸਿਕ ਨੌਲੇਜ ਲਿਖਤੀ, ਅਤੇ ਇਸ ਤੋਂ ਬਾਅਦ ਵੀ ਹੋਰ ਬਹੁਤ ਸਾਰੇ ਜਿਹੜੇ ਮੈਪ ਨੇ ਅਸੀਂ ਸ਼ੁਰੂ ਕਰਾਂਗੇ, ਔਰ ਉਹ ਮੈਪ ਬਾਰੇ ਜਾਣਕਾਰੀ ਦੇਵਾਂਗੇ। ਸੋ ਉਮੀਦ ਹੈ ਕਿ ਤੁਸੀਂ ਇਹ ਅੱਜ ਦਾ ਜੋ ਟੌਪਿਕ ਸੀਗਾ ਬੇਸਿਕ ਨੌਲੇਜ, ਉਸ ਤੋਂ ਭਰਪੂਰ ਫਾਇਦਾ ਲਿਆ ਹੋਵੇਗਾ, ਔਰ ਅੱਗੇ ਵੀ ਫਾਇਦਾ ਲੈਣਾ ਹੈ, ਅਤੇ ਇਹ ਸਾਡਾ ਜੋ ਚੈਨਲ ਹੈ ਇਸਨੂੰ ਦੇਖਦੇ ਰਹਿਣਾ ਹੈ, ਅਤੇ ਜੇਕਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸਨੂੰ ਸਬਸਕ੍ਰਾਈਬ ਵੀ ਕਰ ਲਓ, ਅਤੇ ਲਾਈਕ ਔਰ ਸ਼ੇਅਰ ਵੀ ਕਰੋ। ਸੋ ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਧੰਨਵਾਦ।